ਕੀ ਪ੍ਰੋਬਲਮ ਸੀ ਤੁਹਾਨੂੰ? ਕਿੱਥੋਂ ਆਏ ਹੋ ਤੁਸੀਂ? ਅੱਛਾ, ਤੁਹਾਨੂੰ ਕਿਵੇਂ ਪਤਾ ਲੱਗਿਆ ਸੀਗਾ? ਜਾਣਕਾਰੀ ਤੁਹਾਡੇ ਹੈ ਨਾ, ਪਹਿਲਾਂ ਠੀਕ ਹੋਏ ਨੇ ਹੈ ਨਾ? ਅੱਛਾ, ਕੀ ਹੁਣ ਕਿੰਨਾ ਕੁ ਦਰਦ ਹੁੰਦਾ ਲੱਤਾਂ 'ਚ ਤੁਹਾਡੇ? ਅੱਜ ਆਪਾਂ ਕਿੰਨਵਾਂ ਟ੍ਰੀਟਮੈਂਟ ਦੇਣ ਲੱਗੇ ਤੁਹਾਨੂੰ? ਦੂਸਰੀ ਵਾਰੀ ਆਏ ਹੋ, ਤੁਹਾਨੂੰ ਕੀ ਮਹਿਸੂਸ ਲੱਗ ਰਿਹਾ ਹੁਣ? ਕਿਵੇਂ ਫਰਕ ਲੱਗਦਾ ਜੀ? ਹੁਣ ਚੱਲਣ ਫਿਰ 'ਚ ਕੋਈ ਦਿੱਕਤ ਨਹੀਂ ਆ ਰਹੀ? ਕਿੰਨੇ ਕੁ ਪਰਸੈਂਟ ਹੁਣ ਘੱਟ ਗਏ? 50%? ਅੱਛਾ, ਪਹਿਲਾਂ ਤੁਸੀਂ ਕਿੱਥੋਂ ਕਿੱਥੋਂ ਇਲਾਜ ਕਰਾਇਆ ਫਿਰ? ਨਹੀਂ, ਕੀ ਕਹਿੰਦੇ ਸੀ ਡਾਕਟਰ ਸਾਹਿਬ, ਕੀ ਕਹਿੰਦੇ ਸੀਗੇ ਜਿਨ੍ਹਾਂ ਤੋਂ ਇਲਾਜ ਕਰਾਇਆ ਤੁਸੀਂ? ਅੱਛਾ, ਮਣਕੇ ਦਾ ਤੁਹਾਡੇ ਪ੍ਰੋਬਲਮ ਹੀ ਨਹੀਂ ਸੀਗੇ, ਤੁਹਾਡੇ ਤਾਂ ਚੂਲੇ ਵਾਲੀ ਹੱਡੀ 'ਚ ਪ੍ਰੋਬਲਮ ਸੀ। ਅੱਛਾ ਅੱਛਾ ਅੱਛਾ, ਠੀਕ ਹੈ ਜੀ। ਹੁਣ ਆਪਾਂ ਦੋਸਤੋ ਇਹਨਾਂ ਦਾ ਅੱਜ ਦੂਜਾ ਟ੍ਰੀਟਮੈਂਟ ਦੇ ਰਹੇ ਹਾਂ, ਅਤੇ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਹੁਣ ਫਰਕ ਹੈ ਜੀ? ਚਲੋ, ਅਸੀਂ ਕਾਮਨਾ ਕਰਦੇ ਹਾਂ ਤੁਸੀਂ ਜਲਦੀ ਠੀਕ ਹੋ। ਜੰਡਾ ਵਾਲਾ ਸਰੀਰ ਢਿੱਲਾ ਛੱਡ ਦੇ ਬਿਲਕੁਲ ਹੀ, ਸਰੀਰ ਢਿੱਲਾ ਛੱਡ ਦੇ ਜੰਡਾ ਵਾਲਿਆ। ਆ ਦੇਖੋ ਦੋਸਤੋ, ਇਹਦੇ ਚੂਲੇ 'ਚ ਪ੍ਰੋਬਲਮ ਸੀ ਮੁੰਡੇ ਦੇ, ਇਹਦਾ ਆਪਰੇਸ਼ਨ ਲਿਖਿਆ ਸੀ, ਡਾਕਟਰ ਕਹਿੰਦੇ ਵੀ ਤੇਰਾ ਚੂਲਾ ਘਸ ਗਿਆ, ਬਦਲਣਾ ਪੈਣਾ। ਅਤੇ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ? ਠੀਕ ਹੈ, ਤੂੰ ਆਪਣਾ ਨੰਬਰ ਬੋਲ ਦੇ। 99147। ਹਾਂਜੀ, 253। ਕਿਉਂਕਿ ਤੈਨੂੰ ਹੁਣ ਬਹੁਤ ਸਾਰੇ ਦੁਨੀਆ ਦੇਖ ਰਹੀ ਆ, ਠੀਕ ਹੈ? ਅਤੇ ਕੋਈ ਜਾਣਕਾਰ, ਕੋਈ ਸਲਾਹ ਲੈਣੀ ਚਾਹੁੰਦਾ ਹੋਵੇ, ਠੀਕ ਹੈ? ਹਾਂ, ਇੱਕ ਵਾਰੀ ਦੁਬਾਰਾ ਨੰਬਰ ਫਿਰ ਬੋਲ ਦੇ। 99147। ਹਾਂਜੀ, 253। ਨਾਮ ਹੀ ਬੋਲਦੇ ਬਾਈ ਇੱਕ ਵਾਰੀ। ਬੇਅੰਤ ਸਿੰਘ ਜੀ, ਪਿੰਡ ਜੰਡਾ ਵਾਲਾ, ਜਿਹੜਾ ਬਠਿੰਡਾ ਜੀ। ਓਕੇ ਓਕੇ, ਥੈਂਕ ਯੂ।